ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਿਗ ਸਟਾਰ ਬਾਇਓ ਦੇ ਵਿੱਚ ਅੱਜ ਆਪਾਂ ਪੰਜਾਬ ਦੇ ਨਾਂਵਰ ਮਾਡਲ ਐਕਟਰ ਸ੍ਰਿਸ਼ਟੀ ਮਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਦੋਸਤੋ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਆਪਣਾ ਪਿਆਰਾ ਤੇ ਮਿੱਠਾ ਜਿਹਾ ਕਲਿੱਕ ਸਬਸਕ੍ਰਾਈਬ ਵਾਲੇ ਬਟਨ ਤੇ ਵੀ ਜਰੂਰ ਕਰ ਦਿਓ ਕਿਉਂਕਿ ਆਪਾਂ ਇਸੇ ਤਰ੍ਹਾਂ ਦੀਆਂ ਇੰਟਰਸਟਿੰਗ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਹਾਂ ਚਲੋ ਦੋਸਤੋ ਹੁਣ ਆਪਾਂ ਜ਼ਿਆਦਾ ਸਮਾਂ ਨਾ ਲਗਾਉਂਦੇ ਹੋਏ ਸ੍ਰਿਸ਼ਟੀ ਮਾਨ ਦੇ ਜੀਵਨ ਵਾਲੀ ਕਿਚਾਤ ਮਾਰ ਲੈਂਦੇ ਆ ਸ੍ਰਿਸ਼ਟੀ ਮਾਨ ਦਾ ਜਨਮ ਸਾਲ 1995 ਨੂੰ ਜਲੰਧਰ ਪੰਜਾਬ ਵਿਖੇ ਹੋਇਆ ਸ੍ਰਿਸ਼ਟੀ ਮਾਨ ਜੀ ਇੱਕ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਤੋਂ ਇਲਾਵਾ ਇਹਨਾਂ ਦੇ ਮਾਤਾ ਪਿਤਾ ਤੇ ਇੱਕ ਇਹਨਾਂ ਦਾ ਵੱਡਾ ਭਰਾ ਤੇ ਇੱਕ ਛੋਟੀ ਭੈਣ ਰਹਿੰਦੇ ਹਨ ਸ੍ਰਿਸ਼ਟੀ ਮਾਨ ਨੂੰ ਛੋਟੇ ਹੁੰਦੇ ਤੋਂ ਹੀ ਮਾਰਲਿੰਗ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੁੰਦਾ ਸੀ ਇਨਾਂ ਦੇ ਇਸ ਸ਼ੌਕ ਦੇ ਵਿੱਚ ਇਹਨਾਂ ਦੀ ਫੈਮਿਲੀ ਵੀ ਇਹਨਾਂ ਨੂੰ ਪੂਰੀ ਸਪੋਰਟ ਕਰਿਆ ਕਰਦੀ ਸੀ। ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਤਾਂ ਜਲੰਧਰ ਤੋਂ ਹੀ ਪੂਰੀ ਕੀਤੀ ਤੇ ਕਾਲਜੀ ਪੜ੍ਹਾਈ ਕਰਨ ਦੇ ਲਈ ਚੰਡੀਗੜ੍ਹ ਵੀ ਕੇ ਦਾਖਲਾ ਲੈ ਲਿਆ ਤੇ ਉੱਥੇ ਇਹਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਆਪਣੀ ਕਾਲਜੀ ਪੜ੍ਹਾਈ ਨੂੰ ਕੰਪਲੀਟ ਕੀਤਾ। ਹੁਣ ਜੇਕਰ ਦੋਸਤੋ ਆਪਾਂ ਇਹਨਾਂ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਇੱਕ ਫੋਟੋ ਸ਼ੂਟ ਵਜਾ ਹੋਈ ਸੀ। ਇੱਕ ਵਾਰ ਇਹਨਾਂ ਦੇ ਜਲੰਧਰ ਵੀ ਕੇ ਕੋਈ ਫੋਟੋ ਸ਼ੂਟ ਸੀ। ਇਨਾ ਦੀ ਛੋਟੀ ਭੈਣ ਨੇ ਸ੍ਰਿਸ਼ਟੀ ਨੂੰ ਕਿਹਾ ਕਿ ਤੂੰ ਵੀ ਇਸ ਦੇ ਵਿੱਚ ਹਿੱਸਾ ਲੈ ਲਾ ਸ੍ਰਿਸ਼ਟੀ ਮਾਨ ਦਾ ਦੋਸਤੋਂ ਮਨ ਨਹੀਂ ਕਰ ਰਿਹਾ ਸੀ ਪਰ ਇਹਨਾਂ ਦੇ ਮਾਤਾ ਜੀ ਨੇ ਸ੍ਰਿਸ਼ਟੀ ਨੂੰ ਕਿਹਾ ਕਿ ਇੱਕ ਵਾਰ ਤੂੰ ਟਰਾਈ ਕਰਕੇ ਦੇਖ ਲਾ ਤੇ ਉੱਤੇ ਇਹਨਾਂ ਨੇ ਫੋਟੋ ਸ਼ੂਟ ਨੂੰ ਦੋਸਤੋਂ ਕੰਪਲੀਟ ਕੀਤਾ ਤੇ ਫਿਰ ਇਹਨਾਂ ਨੂੰ ਉਸ ਦੇ ਡਾਇਰੈਕਟਰ ਦਾ ਫੋਨ ਆਇਆ ਤੇ ਉਸ ਡਾਇਰੈਕਟਰ ਨੇ ਸ੍ਰਿਸ਼ਟੀ ਨੂੰ ਕਿਹਾ ਕਿ ਅਸੀਂ ਤੈਨੂੰ ਆਪਣੇ Song ਦੇ ਵਿੱਚ ਲੈਣਾ ਚਾਹੁੰਦੇ ਹਾਂ ਸ੍ਰਿਸ਼ਟੀ ਮਾਨ ਉਸ ਸਮੇਂ ਬਹੁਤ ਹੀ ਜ਼ਿਆਦਾ ਦੋਸਤੋਂ ਖੁਸ਼ ਹੋਈ ਸੀ ਉਹ ਉਹਨਾਂ ਦਾ ਪਹਿਲਾ ਹੀ Song ਸੀ ਉਸ ਸੌਂਗ ਦਾ ਨਾਮ ਸੀ ਜਸਟ ਜਸਤੀ ਜੋ ਕਿ ਦੋਸਤੋ ਸੰਦੇਸ਼ ਕੁਮਾਰੀ ਦੁਆਰਾ ਗਾਇਆ ਗਿਆ ਸੀ ਉਸ ਵਿੱਚ ਸਾਰਿਆਂ ਨੇ ਇਹਨਾਂ ਦੇ ਐਕਸਪ੍ਰੈਸ਼ਨ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਉਸ ਵਿੱਚ ਇਹਨਾਂ ਦੀ ਮੋਡਲਿੰਗ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਦੋਸਤੋ ਉਸ ਸੌਂਗ ਦੇ ਵਿੱਚ ਕੰਮ ਕਰਕੇ ਇਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਨਾਮ ਬਣ ਗਿਆ ਇਸ ਤੋਂ ਬਾਅਦ ਇਹਨਾਂ ਨੂੰ ਬੈਕ ਟੂ ਬੈਕ ਸੌਂਗ ਕਰਨੇ ਨੂੰ ਆਏ ਜਿਵੇਂ ਕਬਜਾ ਸੌਂਗ ਦਿਲਪ੍ਰਿਤ ਢਿੱਲੋਂ ਦੇ ਨਾਲ ਆਇਆ ਸੀ ਰਿਸਪੌਂਸ ਸੌਂਗ ਸ਼ੈਰੀਮਾਨ ਦੇ ਨਾਲ ਤੇ ਜੁੱਤੀ Song ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਜੋ ਕਿ ਹਿੰਮਤ ਸੰਧੂ ਦਾ ਸੀ ਝਾਂਜਰਾ Song ਕਰਨ ਰੰਧਾਵੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਤੇ ਇੱਕ ਉਹਨਾਂ ਦਾ ਹੁਣੇ ਇੱਕ ਨਵਾਂ Song ਆ ਰਿਲੀਜ਼ ਹੋਇਆ ਸੀ ਕਰਾਰਾ ਜਵਾਬ ਉਸ ਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਆਪਣੀ ਮਾਡਲਿੰਗ ਨਿਭਾਈ ਆ ਦੋਸਤੋ ਹੁਣ ਜੇਕਰ ਆਪਾਂ ਸ੍ਰੇਸ਼ਟੀ ਮਾਨ ਜੀ ਦੀ ਮੈਰਿਜ ਦੀ ਗੱਲ ਕਰੀਏ ਤਾਂ ਇਹ ਹਲੇ ਤੱਕ ਦੋਸਤੋ ਅਨਮੈਰਿਡ ਹਨ ਇਹਨਾਂ ਦਾ ਇੱਕ ਬੁਆਏਫਰੈਂਡ ਹੈ ਜਿਸ ਦਾ ਨਾਮ ਕਿਰਸ਼ ਬੱਲ ਹੈ ਹੁਣ ਆਪਾਂ ਦੋਸਤਾਂ ਦੇ ਕੁਝ ਫੇਵਰੇਟ ਥਿੰਗਸ ਦੀ ਗੱਲ ਕਰਾਂਗੇ ਜੇ ਆਪਾਂ ਇਹਨਾਂ ਦੇ ਫੇਵਰੇਟ ਐਕਟਰ ਦੀ ਗੱਲ ਕਰੀਏ ਤਾਂ ਉਹ ਹਨ ਰੀਤੀ ਕੇ ਰੋਸ਼ਨ ਐਕਟਰੈਸ ਕੰਗਨ ਰਾਣਾਉਤ ਤੇ ਇਹਨਾਂ ਦੇ ਫੇਵਰੇਟ ਸਿੰਗਰ ਗੁਰੂ ਰੰਦਾਵਾ ਜੀ ਜੇਕਰ ਆਪਾਂ ਇਹਨਾਂ ਦੀ ਹੌਬੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਫੁੱਟਬਾਲ ਖੇਡਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਦੋਸਤੋ ਇਹ ਸਾਡੀ ਸ੍ਰੇਸ਼ਟੀ ਮਾਂ ਜੀ ਦੀ ਲਾਈਫ ਸਟੋਰੀ ਸੀ ਮੈਨੂੰ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆ ਆਪਾਂ ਜਲਦੀ ਤੁਹਾਡੇ ਦਰਮਿਆਨ ਕੋਈ ਅਗਲੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ